ਚੈਨ ਆਉਟਲੁੱਕ ਸਤਨਾਮ ਸ੍ਰੀ ਵਾਹਿਗੁਰੂ ਜੀ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 85ਵੇਂ ਪੰਨੇ ਦੀ ਵਿਆਖਿਆ ਕਰਦੇ ਹਾਂ ਜੀ ਮਹਿਲਾ ਪਹਿਲਾ ਗੱਲੀ ਅਸੀਂ ਚੰਗੀਆ ਆਚਾਰੀ ਬੁਰੀਆ ਮਨੋ ਕਸੂਦਾ ਕਾਲਿਆ ਬਾਹਰ ਚਟਵੀਆ ਰੀਸਾ ਕਰੇ ਤਨਾੜੀਆ ਜੋ ਸੇਵੇ ਦਰ ਖੜੀਆ ਨਾਲ ਖਸਮੈ ਰਤੀਆ ਮਾਣੈ ਸੁਖ ਰਲਿਆ ਹੁੰਦਾ ਤਾਨ ਨਿਤਾਣੀਆਂ ਰਹਿ ਨਮਾਣੀਆਂ ਨਾਨਕ ਜਨਮ ਸਕਾਰਥਾ ਜੇ ਤਨਕੈ ਸੰਗ ਮਿਲਾ ਇਨ੍ਹਾਂ ਪੰਕਤੀਆਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਿਰ ਤੋਂ ਇਸਤਰੀ ਦੇ ਪੱਖ ਤੋਂ ਗੱਲ ਕਰਦੇ ਹੋਏ ਕਿਹਾ ਹੈ ਕਿਉਂਕਿ ਉਨ੍ਹਾਂ ਨੇ ਪਰਮਾਤਮਾ ਨੂੰ ਇੱਕ ਖਸਮ ਦੇ ਤੌਰ ਤੇ ਮੰਨਿਆ ਹੈ ਉਨ੍ਹਾਂ ਨੇ ਵਖ-ਵਖ ਆਪਣੀਆਂ ਰਚਨਾਵਾਂ ਦੇ ਵਿੱਚ ਬਸ ਵਖ-ਵਖ ਸ਼ਲੋਕਾਂ ਦੇ ਵਿੱਚ ਉਸ ਪਰਮਾਤਮਾ ਨੂੰ ਖਸਮ ਕਹਿ ਕੇ ਸੰਬੋਧਿਤ ਕੀਤਾ ਹੈ ਇਸ ਕਰਕੇ ਉਹ ਕਈ ਵਾਰ ਆਪਣੀਆਂ ਰਚਨਾਵਾਂ ਦੇ ਵਿੱਚ ਇਸਤਰੀ ਦੇ ਪੱਖ ਤੋਂ ਗੱਲ ਕਰਦੇ ਹਨ ਤੇ ਇੱਥੇ ਵੀ ਗੁਰੂ ਜੀ ਕਹ ਰਹੇ ਹਨ ਕਿ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਕਿ ਗੱਲਾਂ ਦੇ ਵਿੱਚ ਅਸੀਂ ਸੁਚੱਜੀਆਂ ਹਾਂ ਪਰ ਆਚਰਣ ਦੀਆਂ ਮਾੜੀਆਂ ਹਾਂ ਮਨੋਂ ਖੋਟੀਆਂ ਤੇ ਕਾਲੀਆਂ ਹਾਂ ਪਰ ਬਾਹਰੋਂ ਸਾਫ਼ ਸੁਥਰੀਆਂ ਸੀਰੀਸਾਂ ਉਹਨਾਂ ਦੀਆਂ ਕਰਦੀਆਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਹਨ ਭਾਵੇਂ ਕਿ ਜੋ ਮਨੁੱਖ ਹੈ ਉਹ ਬਾਹਰੋਂ ਕੁਝ ਹੋਰ ਦਿਖਦਾ ਹੈ ਅੰਦਰੋਂ ਕੁਝ ਹੋਰ ਹੁੰਦਾ ਹੈ ਅੰਦਰੋਂ ਉਹ ਕੂੜ ਦੇ ਨਾਲ ਭਰਿਆ ਹੁੰਦਾ ਹੈ ਵਿਕਾਰਾਂ ਦੇ ਨਾਲ ਭਰਿਆ ਹੁੰਦਾ ਹੈ ਪਰ ਬਾਹਰੋਂ ਦਿਖਾਵੇ ਦੇ ਤੌਰ ਤੇ ਉਹ ਉਹਨਾਂ ਗਿਆਨੀ ਉਹਨਾਂ ਸੰਤ ਪੁਰਖਾਂ ਦੀ ਰੀਸ ਕਰਦਾ ਹੈ ਜਿਹੜੇ ਕੀ ਪਰਮਾਤਮਾ ਦੇ ਵਿੱਚ ਪਿਆਰ ਦੇ ਵਿੱਚ ਭਿੱਜੇ ਹੋਏ ਹਨ ਅਤੇ ਉਸ ਪਰਮਾਤਮਾ ਦੇ ਪਿਆਰ ਦੇ ਵਿੱਚ ਹੁੰਦਿਆਂ ਹੋਏ ਰੰਗ ਰਲੀਆਂ ਮਾਣਦੇ ਹਨ ਅਤੇ ਫਿਰ ਵੀ ਉਹਨਾਂ ਸਾਰੀਆਂ ਰੰਗ ਰਲੀਆਂ ਦੇ ਹੁੰਦੇ ਹੋਏ ਵੀ ਨਿਮਾਣੇ ਰਹਿੰਦੇ ਹਨ ਨਾਨਕ ਜਨਮ ਸਰਕਾਰਤਾ ਜੇ ਤਨ ਕਾ ਸੰਗ ਮਿਲਾਏ ਕਿ ਸਾਡਾ ਵੀ ਜਨਮ ਸਫਲ ਹੋ ਸਕਦਾ ਹੈ ਜੋ ਕੂੜ ਦੇ ਭਰੇ ਹੋਏ ਮਨੁੱਖ ਹਨ ਵਿਕਾਰਾਂ ਦੇ ਭਰੇ ਹੋਏ ਮਨੁੱਖ ਹਨ ਉਹਨਾਂ ਦਾ ਵੀ ਜਨਮ ਸਖਾਲਾ ਹੋ ਸਕਦਾ ਹੈ ਸਫਲ ਹੋ ਸਕਦਾ ਹੈ ਜੇਕਰ ਉਹ ਪਰਮਾਤਮਾ ਦੇ ਜੋ ਸਨਮੁਖ ਰਹਿਣ ਵਾਲੇ ਮਨੁੱਖ ਹਨ ਜੋ ਸੰਗਤ ਦੇ ਵਿੱਚ ਵਿਚਰਦੇ ਹਨ ਕਿ ਜੇ ਉਹਨਾਂ ਦੀ ਸੰਗਤ ਦੇ ਵਿੱਚੇ ਵਿਕਾਰੀ ਮਨੁੱਖ ਵੀ ਜਾਣ ਲੱਗ ਜਾਣ ਤਾਂ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਈ ਦਾ ਆਪੇ ਵਿੱਚ ਸਵਾਲ ਤੂੰ ਆਪੇ ਕਮਲ ਅਲਪਤ ਹੈ ਹੈ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਈ ਦਾ ਇੱਕ ਨਿੰਮਕ ਘੜੀ ਕਰ ਖਿਆਲ ਹਰ ਤੁਧੋ ਬਾਹਰ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਕਹਿੰਦੇ ਤੂੰ ਆਪੇ ਹੀ ਜਲ ਹੈ ਤੂੰ ਆਪ ਹੀ ਮਛਲੀ ਹੈ ਅਤੇ ਉਸ ਮਛਲੀ ਨੂੰ ਫਸਾਉਣ ਵਾਲਾ ਤੂੰ ਜਾਲ ਵੀ ਆਪ ਹੀ ਹੈ ਤੂੰ ਆਪ ਹੀ ਜਾਲ ਵਿਛਾ ਕੇ ਉਸ ਮਛਲੀ ਨੂੰ ਉਸ ਜਾਲ ਦੇ ਵਿੱਚ ਫਸਾ ਲੈਂਦਾ ਹੈ ਤੂੰ ਆਪ ਹੀ ਡੂੰਗੇ ਸਮੁੰਦਰਾਂ ਦੇ ਵਿੱਚ ਜਾਂ ਚਿੱਕੜ ਦੇ ਵਿੱਚ ਖੜਿਆ ਹੋਇਆ ਕਮਲ ਦਾ ਫੁੱਲ ਹੈ ਤੇ ਫਿਰ ਜਦੋਂ ਉਹ ਮਛਲੀ ਉਸ ਜਾਲ ਦੇ ਵਿੱਚ ਫਸ ਗਈ ਤੇ ਉੱਥੇ ਫਸੇ ਹੋਈ ਜੇਕਰ ਉਹ ਇੱਕ ਪਲ ਦੇ ਲਈ ਵੀ ਤੇਰਾ ਧਿਆਨ ਧਰਦੀ ਹੈ ਤਾਂ ਉਸ ਜਾਲ ਦੇ ਵਿੱਚ ਉਹਨੂੰ ਮੁਕਤ ਕਰਾਉਣ ਵਾਲਾ ਵੀ ਤੂੰ ਆਪ ਹੀ ਹੈ ਤੇਰੇ ਤੋਂ ਬਿਨਾ ਬਾਹਰ ਕੁਝ ਵੀ ਨਹੀਂ ਹੈ ਜੋ ਕੁਝ ਹੈ ਉਹ ਤੂੰ ਹੀ ਹੈ ਤੇ ਤੈਨੂੰ ਵੇਖ ਕੇ ਹਿਰਦਾ ਪਸੰਨ ਹੋ ਜਾਂਦਾ ਹੈ ਦਿਲ ਜੋ ਹੈ ਚੜਦੀ ਕਲਾ ਦੇ ਵਿੱਚ ਹੋ ਜਾਂਦਾ ਹੈ ਉਸ ਕਮਲ ਦੇ ਫੁੱਲ ਵਾਂਗਰਾਂ ਜਿਹੜਾ ਚਿੱਕੜ ਦੇ ਵਿੱਚ ਵੀ ਖਿੜਿਆ ਰਹਿੰਦਾ ਹੈ ਹੁਣ ਜੇ ਮਛਲੀ ਦੇ ਲਈ ਦੇਖਿਆ ਜਾਵੇ ਤਾਂ ਜੋ ਜਾਲ ਹੈ ਉਹ ਜੀਵਨ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਮਨੁੱਖ ਨੂੰ ਜੀਵਨ ਦੇਣ ਵਾਲਾ ਵੀ ਤੂੰ ਪ੍ਰਮਾਤਮਾ ਆਪ ਹੀ ਹੈ ਤੇ ਜਾਲ ਸਾਡੇ ਜੋ ਮਨਾਂ ਦੇ ਉੱਪਰ ਵਿਕਾਰਾਂ ਨੇ ਜਾਲ ਪਾਏ ਹੋਏ ਹਨ ਉਹਨਾਂ ਦੇ ਨਾਲ ਸੰਬੰਧਿਤ ਇਹ ਗੱਲ ਜਾਪਦੀ ਹੈ ਕਿ ਮਨੁੱਖ ਨੂੰ ਵਿਕਾਰਾਂ ਦੇ ਜਾਲ ਦੇ ਵਿੱਚ ਫਸਾਉਣ ਵਾਲਾ ਵੀ ਤੂੰ ਆਪ ਹੀ ਹੈ ਤੇ ਮਨੁੱਖ ਨੂੰ ਜੀਵਨ ਦੇਣ ਵਾਲਾ ਵੀ ਤੂੰ ਆਪ ਹੀ ਹੈ ਤੇ ਜਦੋਂ ਮਨੁੱਖ ਵਕਾਰਾਂ ਦੇ ਜਾਲ ਦੇ ਵਿੱਚ ਫਸਿਆ ਹੋਇਆ ਹੋਵੇ ਤੇ ਇੱਕ ਘੜੀ ਪਲ ਲਈ ਵੀ ਤੇਰਾ ਧਿਆਨ ਧਰੇ ਤਾਂ ਉਸ ਵਕਾਰਾਂ ਦੇ ਜਾਲ ਦੇ ਵਿੱਚੋਂ ਛਡਾਉਣ ਵਾਲਾ ਵੀ ਤੂੰ ਆਪ ਹੀ ਹੈ। ਸ਼ਲੋਕ ਮਹਲਾ 3 ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ। ਜੇ ਧਨ ਖਸਮੈ ਚੱਲੈ ਰਜਾਈ ਦਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸੱਚ ਸਮਾਈ। ਹੁਕਮ ਨਾ ਜਾਣੈ ਬਹੁਤਾ ਰੋਵੈ ਕਿ ਜੇ ਜੇ ਮਨੁੱਖ ਨੂੰ ਜਿਹੜੇ ਮਨੁੱਖ ਨੂੰ ਉਸ ਪਰਮਾਤਮਾ ਦੇ ਹੁਕਮ ਦੀ ਸਮਝ ਨਹੀਂ ਪੈਂਦੀ ਭਾਣੇ ਦੀ ਸਮਝ ਨਹੀਂ ਪੈਂਦੀ ਉਹ ਬਹੁਤ ਕਲਪਨਾ ਦੇ ਵਿੱਚ ਲੱਗਿਆ ਰਹਿੰਦਾ ਹੈ ਉਹਨੂੰ ਬਹੁਤ ਚਿੰਤਾ ਹੁੰਦੀ ਹੈ ਅੰਦਰ ਧੋਖਾ ਨੀਂਦ ਨਾ ਸੋਵੇ ਇੱਥੇ ਧੋਖੇ ਤੋਂ ਭਾਵ ਚਿੰਤਾ ਹੀ ਹੈ ਧੋਖੇ ਤੋਂ ਭਾਵ ਜੋ ਅਸੀਂ ਅੱਜ ਪੰਜਾਬੀ ਭਾਸ਼ਾ ਦੇ ਵਿੱਚ ਧੋਖਾ ਸਮਝਦੇ ਹਾਂ ਕਿ ਕਿਸੇ ਨਾਲ ਕੋਈ ਫਰੋਡ ਕਰਨਾ ਉਹ ਨਹੀਂ ਹੈ ਕਿ ਅੰਦਰ ਜਦੋਂ ਚਿੰਤਾ ਹੁੰਦੀ ਹੈ ਤਾਂ ਉਹ ਫਿਰ ਸੁੱਖ ਦੀ ਨੀਂਦ ਵੀ ਨਹੀਂ ਸੋ ਸਕਦਾ ਬਾਣੇ ਦੀ ਸਮਝ ਰੱਖਣੀ ਬਹੁਤ ਜ਼ਰੂਰੀ ਹੈ ਜੇ ਧਨ ਖਸਮਾ ਚੱਲੇ ਰਜਾਈ ਕਿ ਜੇ ਜੀਵ ਇਸਤਰੀ ਉਸ ਖਸਮ ਪ੍ਰਭੂ ਦੇ ਬਾਣੇ ਦੇ ਵਿੱਚ ਤੁਰੇ ਤਾਂ ਦਰ ਘਰ ਸੋਭਾ ਮਹਿਲ ਬੁਲਾਈ ਕਿ ਹ ਇਸ ਸੰਸਾਰ ਦੇ ਵਿੱਚ ਵੀ ਉਹਨੂੰ ਸ਼ੋਭਾ ਮਿਲਦੀ ਹੈ ਤੇ ਉਸ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਵੀ ਉਹਨੂੰ ਆਦਰ ਮਿਲਦਾ ਹੈ ਨਾਨਕ ਕਰਮੀ ਇਹ ਮਤ ਪਾਈ ਕਿ ਆਪਣੇ ਕਰਮਾਂ ਦੇ ਅਨੁਸਾਰ ਹੀ ਮਨੁੱਖ ਇਹ ਸਮਝ ਆਉਂਦਾ ਹੈ ਬਾਣੀ ਦੀ ਸਮਝ ਉਹਨੂੰ ਪੈਂਦੀ ਹੈ ਗੁਰ ਪ੍ਰਸਾਦੀ ਸੱਚ ਸਮਾਈ ਕੇ ਗੁਰੂ ਦੀ ਕਿਰਪਾ ਦੇ ਨਾਲ ਹੀ ਮਨੁੱਖ ਉਸ ਸੱਚੇ ਪ੍ਰਭੂ ਦੇ ਵਿੱਚ ਸਮਾ ਜਾਂਦਾ ਹੈ ਹੁਣ ਬਾਣੀ ਦੀ ਗੱਲ ਜੇਕਰ ਅਸੀਂ ਪਹਿਲੀਆਂ ਦੋ ਪੰਕਤੀਆਂ ਦੇ ਉੱਪਰ ਦੁਬਾਰਾ ਤੋਂ ਗੌਰ ਕਰੀਏ ਕਿ ਹੁਕਮ ਨਾ ਜਾਣੈ ਬਹੁਤਾ ਰੋਬੈ ਅੰਦਰ ਧੋਖਾ ਨੀਂਦਨਾ ਸੋਵੈ ਹੁਣ ਜਿਹੜੇ ਮਨੁੱਖ ਨੂੰ ਬਾਣੀ ਦੀ ਸਮਝ ਨਹੀਂ ਹੈ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਕੁਝ ਵੀ ਜੇ ਬੁਰਾ ਹੁੰਦਾ ਹੈ ਤਾਂ ਉਹਨੂੰ ਬਹੁਤ ਚਿੰਤਾ ਹੋ ਜਾਂਦੀ ਹੈ ਉਹਨੂੰ ਬਹੁਤ ਕਲਪਨਾ ਹੋ ਜਾਂਦੀ ਹੈ ਕਿ ਮੇਰੇ ਨਾਲ ਹੀ ਇਹ ਬੁਰਾ ਕਿਉਂ ਹੋ ਰਿਹਾ ਹੈ ਜਾਂ ਮੈਂ ਇਸ ਬੁਰੇ ਵਕਤ ਦੇ ਵਿੱਚੋਂ ਕਿਸ ਤਰ੍ਹਾਂ ਗੁਜ਼ਰਾਂ ਤਾਂ ਗੁਰੂ ਜੀ ਕਹਿੰਦੇ ਹਨ ਕਿ ਸਾਨੂੰ ਉਸ ਭਾਣੇ ਦੀ ਸਮਝ ਲੈ ਲੈਣੀ ਚਾਹੀਦੀ ਹੈ ਕਿ ਇਹ ਜੋ ਵੀ ਬੁਰਾ ਸਾਡੇ ਉੱਤੇ ਦੌਰ ਚੱਲ ਰਿਹਾ ਹੈ ਇਹ ਉਸ ਪ੍ਰਮਾਤਮਾ ਦਾ ਹੁਕਮ ਹੈ ਜਦੋਂ ਅਸੀਂ ਇਸ ਗੱਲ ਨੂੰ ਸਮਝ ਜਾਈਏ ਤਾਂ ਸਾਨੂੰ ਇਸ ਜ਼ਿੰਦਗੀ ਦੇ ਦੁੱਖ ਦੁੱਖ ਲੱਗਦੇ ਹੀ ਨਹੀਂ ਤੇ ਇਸ ਚੀਜ਼ ਦੀਆਂ ਸਭ ਤੋਂ ਵੱਡੀਆਂ ਉਦਾਹਰਨਾਂ ਸਾਨੂੰ ਸਿੱਖੀ ਦੇ ਇਤਿਹਾਸ ਵਿੱਚ ਹੀ ਮਿਲ ਜਾਣਗੀਆਂ ਸਾਡੇ ਗੁਰੂਆਂ ਦੇ ਨਾਲ ਉਹਨਾਂ ਦੀਆਂ ਫੌਜਾਂ ਦੇ ਨਾਲ ਉਹਨਾਂ ਦੇ ਭਗਤਾਂ ਦੇ ਨਾਲ ਬਹੁਤ ਬੁਰੇ-ਬੁਰੇ ਸਲੂਕ ਹੋਏ ਹਨ ਬੱਚਿਆਂ ਨੂੰ ਨੇਜਿਆਂ ਦੇ ਉੱਪਰ ਟੰਗਣਾ ਸਿੰਘਾਂ ਨੂੰ ਆਰਿਆਂ ਦੇ ਨਾਲ چیرਣਾ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਦੇ ਉੱਤੇ ਬਿਠਾਉਣਾ ਗੁਰੂ ਤੇਗ ਬਹਾਦਰ ਜੀ ਦਾ ਸਿਰ ਕਲਮ ਕਰ ਦੇਣਾ ਭਾਈ ਮਣੀ ਸਿੰਘ ਜੀ ਨਾਲ ਕਿਸ ਤਰ੍ਹਾਂ ਦੇ ਸਲੂਕ ਹੋਏ ਉਹਨਾਂ ਦੇ ਨੌ ਖਿੱਚੇ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਕਿ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਜੰਗਲਾਂ ਦੇ ਵਿੱਚ ਉਹ ਰਹਿੰਦੇ ਰਹੇ ਕੰਡਿਆਂ ਦੇ ਉੱਪਰ ਸੌਂਦੇ ਰਹੇ ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਜੰਗ ਦੇ ਵਿੱਚ ਭੇਜਿਆ ਤੇ ਆਪਣੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਸ਼ਹੀਦ ਹੁੰਦੇ ਹੋਏ ਵੇਖਿਆ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਉਹਨਾਂ ਸਾਰੇ ਹੀ ਸਾਡੇ ਗੁਰੂਆਂ ਨੇ ਤੇ ਉਹਨਾਂ ਦੀ ਜੋ ਫੌਜ ਸੀ ਉਹਨਾਂ ਨੇ ਬਿਲਕੁਲ ਵੀ ਚਿੰਤਾ ਨਹੀਂ ਕੀਤੀ ਉਹਨਾਂ ਦੇ ਚਿਹਰਿਆਂ ਦੇ ਉੱਪਰ ਕੋਈ ਵੀ ਡਰ ਕੋਈ ਵੀ ਭੈ ਸਾਨੂੰ ਨਜ਼ਰ ਨਹੀਂ ਆਇਆ ਅਖਿਰ ਅਸੀਂ ਦੇਖਿਆ ਨਹੀਂ ਹੈ ਪਰ ਇਤਿਹਾਸ ਦੱਸਦਾ ਹੈ ਕਿ ਉਹਨਾਂ ਦੇ ਚਿਹਰਿਆਂ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਡਰ ਨਹੀਂ ਸੀ ਕਿਉਂਕਿ ਉਹ ਉਸ ਪਰਮਾਤਮਾ ਦੇ ਭਾਣੇ ਨੂੰ ਸਮਝਦੇ ਸਨ ਤਾਂ ਸੋਚ ਕੇ ਦੇਖੋ ਕਿ ਜੇਕਰ ਅਸੀਂ ਉਸ ਪਰਮਾਤਮਾ ਦੇ ਭਾਣੇ ਨੂੰ ਸਮਝਣ ਲੱਗ ਜਾਈਏ ਜੇ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਮਾੜਾ ਹੁੰਦਾ ਹੈ ਤਾਂ ਉਹਨੂੰ ਉਸ ਪਰਮਾਤਮਾ ਦਾ ਭਾਣਾ ਜਾਣ ਕੇ ਮੰਨ ਲਈਏ ਤੇ ਆਪਦੀ ਜ਼ਿੰਦਗੀ ਨੂੰ ਚਿੰਤਾ ਮੁਕਤ ਬਣਾ ਲਈਏ ਤਾਂ ਸਾਡੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੇ ਜੋ ਸਹਿਆ ਉਹਨਾਂ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਹੈ ਇੱਕ ਤੀਲਾ ਭਰ ਵੀ ਨਹੀਂ ਹੈ ਅਸੀਂ ਕਹਿ ਸਕਦੇ ਹਾਂ ਜੋ ਉਹਨਾਂ ਦੀਆਂ ਸਮੱਸਿਆਵਾਂ ਸੀ ਜੋ ਕੁਝ ਦੇ ਵਿੱਚੋਂ ਉਹ ਗੁਜ਼ਰੇ ਅਸੀਂ ਤਾਂ ਉਹਦਾ ਬਿਲਕੁਲ ਰੱਤੀ ਭਰ ਵੀ ਨਹੀਂ ਆਪਦੀ ਜ਼ਿੰਦਗੀ ਦੇ ਵਿੱਚ ਕਸ਼ਟ ਸਹਿ ਰਹੇ ਤਾਂ ਫਿਰ ਵੀ ਅਸੀਂ ਇੰਨੀਆਂ ਇੱਕ ਚੀਜ਼ਾਂ ਦੇ ਉੱਤੇ ਵੀ ਦੁਖੀ ਹੋ ਜਾਂਦੇ ਹਾਂ ਇਸ ਦੁੱਖ ਨੂੰ ਦੂਰ ਕਰਨ ਦਾ ਇਸ ਚਿੰਤਾ ਨੂੰ ਦੂਰ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਉਸ ਪਰਮਾਤਮਾ ਦੇ ਭਾਣੇ ਨੂੰ ਮੰਨ ਲਓ ਇਹ ਚੀਜ਼ ਨੂੰ ਜਾਣ ਲਓ ਕਿ ਕੁਝ ਚੀਜ਼ਾਂ ਸਾਡੇ ਕੰਟਰੋਲ 'ਚ ਹੁੰਦੀਆਂ ਨੇ ਕੁਝ ਨਹੀਂ ਹੁੰਦੀਆਂ ਜਿਹੜੀਆਂ ਨਹੀਂ ਹੁੰਦੀਆਂ ਉਹਨਾਂ ਬਾਰੇ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਮਹਿਲਾ ਤੀਜਾ ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖਣਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਸ਼ੋਸ਼ਾ ਇਸ ਦਾ ਮੁੱਲ ਦੂਜੇ ਲੱਗੇ ਪੱਛ ਮੋਏ ਮੂਰਖ ਅੰਧ ਗਵਾਰ ਵਿਸਟਾ ਅੰਦਰ ਕੀਟ ਸੇ ਪਏ ਪਚੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਜੇ ਰਹੇ ਸਮਾਈ ਕਹਿੰਦੇ ਹੈ ਨਾਮ ਤੋਂ ਸਖਣੇ ਮਨਮੁਖ ਮਨੁਖ ਮਾਇਆ ਦੇ ਰੰਗ ਵੇਖ ਕੇ ਮੋਹਤ ਨਾ ਹੋ ਜਾ ਇਹਦਾ ਰੰਗ ਇਹਦਾ ਆਨੰਦ ਥੋੜੇ ਦਿਨ ਹੀ ਰਹਿੰਦਾ ਹੈ ਤੇ ਇਹਦਾ ਮੁੱਲ ਵੀ ਤੁਸ਼ ਜਾ ਜਾਂਦਾ ਹੈ ਜਿਵੇਂ ਵਿਸ਼ਤੇ ਵਿੱਚ ਪਏ ਹੋਏ ਕੀੜੇ ਬਿਲੂ ਬਿਲੂ ਕਰਦੇ ਹਨ ਤਿਵੇਂ ਹੀ ਮੂਰਖ ਮਨੁਖ ਅੰਨੇ ਅਕਲੋਂ ਅੰਨੇ ਤੇ ਮਤਹੀਨ ਜੀਵ ਮਾਇਆ ਦੇ ਮੋਹ ਚ ਫਸ ਕੇ ਮੜਮੜ ਦੁਖੀ ਹੁੰਦੇ ਹਨ ਜਿਹੜੇ ਜੀਵ ਨੇ ਗੁਰੂ ਦੇ ਵਿੱਚ ਗੁਰੂ ਦੇ ਗਿਆਨ ਦੇ ਵਿੱਚ ਧਿਆਨ ਧਰ ਲਿਆ ਉਹ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਭਿੱਜੇ ਹੋਏ ਹੋਏ ਹੋ ਜਾਂਦੇ ਹਨ ਸੁੰਦਰ ਹੋ ਜਾਂਦੇ ਹਨ ਸਹਿਜ ਅਵਸਥਾ ਦੇ ਵਿੱਚ ਲੀਨ ਰਹਿਣ ਕਰਕੇ ਭਗਤੀ ਦਾ ਰੰਗ ਉਹਨਾਂ ਦੇ ਉੱਪਰੋਂ ਕਦੇ ਵੀ ਨਹੀਂ ਉਤਰਦਾ ਪੌੜੀ ਸਿਸ਼ਟ ਉਪਾਈ ਸਬ ਤੁਧ ਆਪੇ ਰਿਜਕ ਸੰਭਾਇਆ ਇੱਕ ਵੱਲਸ਼ਲ ਕਰਕੇ ਖਾਮ ਦੇ ਮੂੰਹੋਂ ਕੂੜ ਕੋਸਤ ਤਿਨੀ ਢਾਇਆ ਤੁਧ ਆਪੇ ਭਾਵੈ ਸੋ ਕਰੈ ਤੁਧ ਉਤੈ ਕੰਮ ਓਇ ਲਾਇਆ ਇੱਕਨਾ ਸੱਚ ਬੁਝਾਈ ਅਨ ਤਿਨਾ ਅਟੁੱਟ ਭੰਡਾਰ ਦਿਵਾਇਆ ਹਰ ਚੇਤ ਖਾਹੇ ਤੈਨਾਂ ਸਫਲ ਹੈ ਅਚੇਤਾ ਹੱਡ ਤੜਾਇਆ ਕਹਿੰਦੇ ਹੇ ਹਰੀ ਤੂੰ ਆਪ ਹੀ ਇਹ ਸਾਰਾ ਸੰਸਾਰ ਰਚਿਆ ਹੈ ਤੇ ਆਪ ਹੀ ਸਾਰੇ ਸੰਸਾਰ ਦੇ ਵਿੱਚ ਵਸਦੇ ਹੋਏ ਜੀਵਾਂ ਨੂੰ ਤੇ ਵਨਸਪਤੀ ਨੂੰ ਰਿਜ਼ਕ ਅਪੜਾ ਰਿਹਾ ਹੈ ਫਿਰ ਵੀ ਕਈ ਜੀਵ ਵੱਲਸ਼ਲ ਕਰਕੇ ਆਪ ਦੇ ਢਿੱਡ ਭਰਦੇ ਹਨ ਮੂੰਹੋਂ ਕੂੜ ਕਸਤ ਬੋਲਦੇ ਹਨ ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ ਉਹਨਾਂ ਨੂੰ ਇਹੋ ਜਿਹੇ ਕੰਮ ਦੇ ਵਿੱਚ ਵੀ ਤੂੰ ਆਪ ਹੀ ਲਾ ਰੱਖਿਆ ਹੈ ਹੁਣ ਕਿਉਂ ਲਾ ਰੱਖਿਆ ਹੈ ਇਸ ਗੱਲ ਦੇ ਬਾਰੇ ਗੁਰੂ ਜੀ ਨੇ ਇੱਥੇ ਕੁਝ ਵੀ ਸਪਸ਼ਟ ਨਹੀਂ ਕੀਤਾ ਹੈ ਤੇ ਇਹ ਇੱਕ ਕਾਫੀ ਵੱਡਾ ਸਵਾਲ ਵੀ ਹੈ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਬਾਰ ਬਾਰ ਵੇਖਣ ਨੂੰ ਮਿਲਦਾ ਹੈ ਗੁਰੂ ਜੀ ਕਹਿੰਦੇ ਹਨ ਕਿ ਜੋ ਕੁਝ ਵੀ ਹੁੰਦਾ ਹੈ ਉਹ ਪਰਮਾਤਮਾ ਆਪ ਹੀ ਜੀਵਾਂ ਦੇ ਹੱਥੋਂ ਕਰਵਾਉਂਦਾ ਹੈ ਤਾਂ ਪਰ ਇਹ ਸਵਾਲ ਜੋ ਹੈ ਸਾਡੇ ਮਨ ਦੇ ਵਿੱਚ ਬਾਰ ਬਾਰ ਉੱਠਦਾ ਹੈ ਕਿ ਫਿਰ ਜੀਵਾਂ ਤੋਂ ਉਹ ਮਾੜਾ ਕੰਮ ਕਿਉਂ ਕਰਵਾਉਂਦਾ ਹੈ ਸ਼ਾਇਦ ਸ੍ਰਸ਼ਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਬੈਲੈਂਸ ਨੂੰ ਬਣਾਈ ਰੱਖਣ ਦੇ ਲਈ ਹੈ ਪਰ ਜੋ ਵੀ ਹੈ ਸਾਨੂੰ ਇਸ ਸਵਾਲ ਦਾ ਉੱਤਰ ਹਜੇ ਤੱਕ ਨਹੀਂ ਮਿਲਿਆ ਹੈ ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖਸ਼ੀ ਹੈ ਉਹਨਾਂ ਨੂੰ ਇੰਨੇ ਖਜ਼ਾਨੇ ਦਿੱਤੇ ਹਨ ਸੰਤੋਖ ਦੇ ਕਿ ਉਹਨਾਂ ਨੂੰ ਕਦੇ ਤੋਟ ਨਹੀਂ ਆਉਂਦੀ ਅਸਲੀ ਗੱਲ ਜੋ ਹੈ ਉਹ ਇਹ ਹੈ ਕਿ ਜਿਨ੍ਹਾਂ ਮਨੁੱਖ ਜਿਹੜੇ ਮਨੁੱਖ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਇਸ ਮਾਇਆ ਦੇ ਵਿੱਚ ਵਿਚਰਦੇ ਹਨ ਉਹਨਾਂ ਨੂੰ ਕਦੇ ਵੀ ਤੋਟ ਨਹੀਂ ਆਉਂਦੀ ਉਹਨਾਂ ਨੂੰ ਉਹਨਾਂ ਦੇ ਖਜ਼ਾਨੇ ਹਮੇਸ਼ਾ ਭਰੇ ਰਹਿੰਦੇ ਹਨ ਉਹਨਾਂ ਦੀ ਤ੍ਰਿਸ਼ਨਾ 부ਝੀ ਰਹਿੰਦੀ ਹੈ ਤੇ ਜਿਹੜੇ ਰੱਬ ਦੇ ਨਾਮ ਤੋਂ ਸਖਣੇ ਹਨ ਪ੍ਰਮਾਤਮਾ ਦੀ ਯਾਦ ਤੋਂ ਸਖਣੇ ਹਨ ਉਹਨਾਂ ਦੇ ਹੱਥ ਸਦਾ ਹੀ ਅੱਡੇ ਰਹਿੰਦੇ ਹਨ ਉਹਨਾਂ ਦੀ ਤ੍ਰਿਸ਼ਨਾ ਕਦੇ ਮਿਟਦੀ ਹੀ ਨਹੀਂ ਤਾਂ ਗੱਲ ਇਹ ਨਹੀਂ ਹੈ ਕਿ ਤੁਹਾਡੇ ਕੋਲ ਜ਼ਿਆਦਾ ਹੈ ਜਾਂ ਘੱਟ ਹੈ ਗੱਲ ਇਹ ਹੈ ਕਿ ਤੁਹਾਡੇ ਵਿੱਚ ਸਬਰ ਕਿੰਨਾ ਹੈ ਜੇ ਤੁਹਾਡੇ ਵਿੱਚ ਸਬਰ ਹੈ ਤਾਂ ਤੁਸੀਂ ਘੱਟ ਦੇ ਵਿੱਚ ਵੀ ਸੰਤੁਸ਼ਟ ਹੋ ਤੁਹਾਡੇ ਕੋਲ ਤੁਹਾਡੇ ਗਵਾਂਢੀ ਨਾਲੋਂ ਭਾਵੇਂ ਘੱਟ ਹੈ ਪਰ ਜੇ ਤੁਸੀਂ ਉਹਦੇ ਵਿੱਚ ਸੰਤੁਸ਼ਟ ਹੋ ਤਾਂ ਮੇਰਾ ਖਿਆਲ ਹੈ ਕਿ ਉਹਦੇ ਨਾਲੋਂ ਜ਼ਿਆਦਾ ਖੁਸ਼ ਹੋ ਜ਼ਰੂਰੀ ਨਹੀਂ ਹੈ ਕਿ ਜਿਹਦੇ ਕੋਲ ਜ਼ਿਆਦਾ ਹੈ ਉਹੀ ਖੁਸ਼ ਹੋਏਗਾ ਇਹ ਗੱਲ ਤੇ ਅਸੀਂ ਅਕਸਰ ਹੀ ਵੇਖਦੇ ਹਾਂ ਕਿ ਜੋ ਗਰੀਬ ਹੁੰਦੇ ਹਨ ਉਹਨਾਂ ਦੇ ਦਿਲ ਵੱਡੇ ਹੁੰਦੇ ਹਨ ਉਹ ਆਪਦੇ ਥੋੜੇ ਵਿੱਚੋਂ ਵੀ ਥੋੜਾ ਦੇ ਸਕਦੇ ਹਨ ਦੂਸਰੇ ਇਨਸਾਨ ਨੂੰ ਦੂਸਰੇ ਲੋੜਵੰਦ ਨੂੰ ਪਰ ਜਿਹੜੇ ਅਮੀਰ ਹੁੰਦੇ ਹਨ ਉਹਨਾਂ ਦੇ ਦਿਲ ਛੋਟੇ ਹੋ ਜਾਂਦੇ ਹਨ ਉਹਨਾਂ ਦੀ ਤ੍ਰਿਸ਼ਨਾ बुझਦੀ ਨਹੀਂ ਉਹ ਆਪਦੇ ਬਹੁਤੇ ਦੇ ਵਿੱਚੋਂ ਵੀ ਕਿਸੇ ਨੂੰ ਥੋੜਾ ਦੇਣ ਲੱਗਿਆਂ ਹਿਚਕ ਚਾਉਂਦੇ ਹਨ ਤਾਂ ਜੋ ਸਬਰ ਦੀ ਗੱਲ ਹੈ ਖੁਸ਼ੀ ਦੀ ਗੱਲ ਹੈ ਉਹ ਮਾਤਰਾ ਦੇ ਨਾਲ ਸੰਬੰਧ ਨਹੀਂ ਰੱਖਦੀ ਕਿ ਕਿੰਨੀ ਮਾਤਰਾ ਦੇ ਵਿੱਚ ਤੁਹਾਡੇ ਕੋਲੇ ਕੋਈ ਚੀਜ਼ ਹੈ ਮੈਟਰ ਕਰਦਾ ਹੈ ਕਿ ਤੁਹਾਡੇ ਵਿੱਚ ਸਬਰ ਕਿੰਨਾ ਹੈ ਤੁਹਾਡੀ ਤ੍ਰਿਸ਼ਨਾ 부ਝੀ ਕਿੱਥੇ ਇੱਕ ਜਾਂਦੀ ਹੈ ਹੁਣ ਜਿਹੜੀ ਦੀ 100 ਰੁਪਏ ਦੇ ਉੱਤੇ ਹੀ ਤ੍ਰਿਸ਼ਨਾ 부ਝ ਗਈ ਤਾਂ ਉਹਨੂੰ 200 ਦਾ ਜਾਂ 1000 ਦਾ ਜਾਂ ਲੱਖਾਂ ਦਾ ਕੋਈ ਮੁੱਲ ਨਹੀਂ ਹੈ। ਉਹਦੇ ਕੋਲੇ ਉਹ ਲੱਖਾਂ ਹੋਣਗੇ ਵੀ ਤਾਂ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਦੂਜੇ ਪਾਸੇ ਜਿਹਦੀ ਲੱਖ ਨਾਲ ਵੀ ਤ੍ਰਿਸ਼ਨਾ ਨਹੀਂ 부ਜੀ ਤਾਂ ਉਹਦੇ ਕੋਲੇ 10 ਲੱਖ ਵੀ ਹੋਏਗਾ ਤੇ ਉਹਦੀ 10 ਲੱਖ ਨਾਲ ਵੀ ਨਹੀਂ 부ਜਣੀ। ਤਾਂ ਗੱਲ ਇਹ ਹੈ ਕਿ ਸਬਰ ਆਪ ਦੇ ਅੰਦਰ ਲਿਆਉਣਾ ਬਹੁਤ ਜ਼ਰੂਰੀ ਹੈ। ਸ਼ਲੋਕ ਮਹਲਾ 3 ਪੜ ਪੜ ਪੰਡਤ ਵੇਦ ਵਿਖਾਣਾ ਮਾਇਆ ਮੋਹ ਸਵਾਏ ਦੂਜੈ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲਾਏ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤਾ ਜੋ ਦਿੰਦਾ ਰਿਜਕ ਸੰਭਾਹੇ ਜਮਕਾ ਫਾਹਾ ਗਲੋ ਨਾ ਕਟਿਆ ਫਿਰ ਫਿਰ ਆਵੈ ਜਾਏ ਮਨਮੁਖ ਕਿਸ਼ਨਾ ਸੂਝੈ ਅੰਦਲਾ ਪੂਰਵ ਲਿਖਿਆ ਕਮਾਏ ਪੂਰਾ ਭਾਗ ਸਤਗੁਰ ਮਿਲੇ ਸੁਖਦਾਤਾ ਨਾਮ ਬਸੈ ਮਨ ਆਈ ਸੁਖ ਮਾਣੈ ਸੁਖ ਪੈਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਨੋਂ ਨ ਵਿਸਾਰੀਐ ਜਿਤ ਦਰਸ ਸਚੈ ਸੋਭਾ ਪਾਏ ਕਹਿੰਦੇ ਕਿ ਜੋ ਪੰਡਤ ਮਾਇਆ ਦੇ ਮੋਹ ਦੇ ਸਵਾਦ ਵਿੱਚ ਲੋਕਾਂ ਨੂੰ ਵੇਦਾਂ ਦੀ ਵਿਆਖਿਆ ਕਰ ਕਰਕੇ ਸੁਣਾ ਰਿਹਾ ਹੈ ਤੇ ਜਿਹੜਾ ਮਨੁੱਖ ਮਾਇਆ ਦੇ ਪਿਆਰ ਦੇ ਵਿੱਚ ਹੋ ਕੇ ਹਰੀ ਦਾ ਨਾਮ ਸਿਮਰਦਾ ਹੈ ਉਸ ਨੂੰ ਦੰਡ ਮਿਲਦਾ ਹੈ ਉਸ ਮਨ ਦੇ ਮੂਰਖ ਮਨੁੱਖ ਨੂੰ ਦੰਡ ਮਿਲਦਾ ਹੈ ਹੁਣ ਅਸੀਂ ਸਭ ਇਸ ਗੱਲ ਤੋਂ ਜਾਣੂ ਹਾਂ ਕਿ ਪੰਡਤਾਂ ਦੇ ਕੋਲ ਜੇਕਰ ਅਸੀਂ ਜਾਈਏ ਕਿਸੇ ਤਰ੍ਹਾਂ ਦਾ ਪਾਠ ਕਰਵਾਉਣ ਦੇ ਲਈ ਤਾਂ ਸਾਨੂੰ ਕੁਝ ਨਾ ਕੁਝ ਭੇਟਾ ਉਹਨਾਂ ਨੂੰ ਦੇਣੀ ਪੈਂਦੀ ਹੈ ਤੇ ਇਹ ਜੋ ਪ੍ਰਥਾ ਹੈ ਸਾਡੇ ਸਿੱਖ ਧਰਮ ਦੇ ਵਿੱਚ ਵੀ ਆਮ ਹੋ ਚੁੱਕੀ ਹੈ ਅਸੀਂ ਵੀ ਜੇਕਰ ਪਾਠ ਕਰਵਾਉਣਾ ਹੁੰਦਾ ਹੈ ਤਾਂ ਪਾਠੀ ਸਿੰਘ ਨੂੰ ਤਨਖਾਹ ਦੇਣੀ ਪੈਂਦੀ ਹੈ ਤਾਂ ਜੋ ਸਾਡੇ ਗੁਰੂ ਘਰਾਂ ਦੇ ਵਿੱਚ ਪਾਠੀ ਸਿੰਘ ਹਨ ਮੈਂ ਇਹ ਨਹੀਂ ਕਹਿੰਦਾ ਕਿ ਉਹ ਗਲਤ ਹੈ ਉਹਨਾਂ ਦੇ ਲਈ ਉਹ ਇੱਕ ਕੀਤਾ ਵੀ ਹੈ ਪਰ ਜੋ ਅਸਲ ਮਕਸਦ ਹੈ ਜਿਸ ਤਰ੍ਹਾਂ ਗੁਰੂ ਜੀ ਨੇ ਕਿਹਾ ਹੈ ਕਿ ਮਾਇਆ ਦੇ ਮੋਹ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨਾ ਤਾਂ ਉਸ ਮਨੁੱਖ ਨੂੰ ਦੰਡ ਮਿਲਦਾ ਹੈ ਜਿਸ ਹਰੀ ਨੇ ਸਰੀਰ ਦਿੱਤਾ ਹੈ ਜਿੰਦ ਦਿੱਤੀ ਹੈ ਜਾਨ ਬਖਸ਼ੀ ਹੈ ਤੇ ਉਸ ਜਾਨ ਨੂੰ ਬਣਾਈ ਰੱਖਣ ਦੇ ਲਈ ਰਿਜਕ ਪਹੁੰਚਾਉਂਦਾ ਹੈ ਕਹਿੰਦੇ ਉਸ ਨੂੰ ਮਨੁੱਖ ਕਦੇ ਯਾਦ ਵੀ ਨਹੀਂ ਕਰਦਾ ਤੇ ਜਿਹੜਾ ਅਜੇਹਾ ਮਨੁੱਖ ਹੁੰਦਾ ਹੈ ਉਹਦੇ ਗਲੇ ਦੇ ਵਿੱਚੋਂ ਜੰਮ ਦੀ ਫਾਹੀ ਕਦੇ ਕੱਟੀ ਨਹੀਂ ਜਾਂਦੀ ਤੇ ਉਹ ਮੁਰਮੁਰ ਜੰਮਦਾ ਮਰਦਾ ਰਹਿੰਦਾ ਹੈ ਅਨਨੇ ਤੇ ਮਨੁੱਖ ਮਨੁੱਖ ਨੂੰ ਕੁਝ ਸਮਝ ਨਹੀਂ ਆਉਂਦੀ ਆਪਣੇ ਪਹਿਲੇ ਕੀਤੇ ਕੰਮਾਂ ਦੇ ਅਨਸਾਰ ਜੋ ਉਸ ਨੇ ਸੰਸਕਾਰ ਆਪਣੇ ਹਿਰਦੇ ਦੇ ਵਿੱਚ ਵਸਾਏ ਹੁੰਦੇ ਹਨ ਉਹਨਾਂ ਦੇ ਅਨਸਾਰ ਹੀ ਉਹ ਕੰਮ ਕਰਦਾ ਰਹਿੰਦਾ ਹੈ ਜਿਸ ਮਨੁੱਖ ਨੂੰ ਪੂਰੇ ਭਾਗਾਂ ਨਾਲ ਸੁਖਦਾਤਾ ਸਤਿਗੁਰੂ ਮਿਲ ਪੈਂਦਾ ਹੈ ਨਾਮ ਉਸ ਦੇ ਮਨ ਵਿੱਚ ਆਵਸਦਾ ਹੈ ਤੇ ਗੁਰੂ ਦੀ ਸ਼ਰਨ ਦੇ ਵਿੱਚ ਜਿਹੜਾ ਮਨੁੱਖ ਪੈ ਜਾਏ ਤੇ ਉਹਨੂੰ ਆਤਮਿਕ ਆਨੰਦ ਹੰਡਾਉਣ ਨੂੰ ਮਿਲਦਾ ਹੈ ਮਾਨਨ ਨੂੰ ਮਿਲਦਾ ਹੈ ਇੱਕ ਆਤਮਿਕ ਆਨੰਦ ਉਸ ਨੂੰ ਮਹਿਸੂਸ ਹੁੰਦਾ ਹੈ ਤੇ ਇੱਕ ਨਰੋਲ ਸੁਖ ਹੀ ਜੇ ਉਹਨੂੰ ਪ੍ਰਾਪਤੀ ਹੁੰਦੀ ਹੈ ਤੇ ਆਖਰੀ ਪੰਕਤੀ ਇਸ ਪੰਨੇ ਦੀ ਹੈ ਕਿ ਨਾਨਕ ਸੋ ਨਾਉ ਮਨੋ ਨਾ ਵਿਸਾਰਿਐ ਜਿਤ ਦਰ ਸਚੈ ਸੋਭਾ ਪਾਏ ਕਿ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਨਾਮ ਦੀ ਸਹਾਇਤਾ ਦੇ ਨਾਲ ਸਾਨੂੰ ਉਸ ਪ੍ਰਮਾਤਮਾ ਦੇ ਦਰਗਾਹ ਦੇ ਉੱਤੇ ਸੱਚੀ ਦਰਗਾਹ ਤੇ ਸ਼ੋਭਾ ਮਿਲਦੀ ਹੈ ਉਸ ਨਾਮ ਨੂੰ ਆਪਣੇ ਮਨ ਦੇ ਅੰਦਰੋਂ ਵਿਸਾਰਨਾ ਚੰਗੀ ਗੱਲ ਨਹੀਂ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 85ਵੇਂ ਪੰਨੇ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਇਸ ਪੰਨੇ ਦੇ ਵਿੱਚੋਂ ਸਾਨੂੰ ਪਰਮਾਤਮਾ ਦੇ ਹੁਕਮ ਬਾਰੇ ਇੱਕ ਬਹੁਤ ਹੀ ਵਧੀਆ ਲੈਸਨ ਸਿੱਖਣ ਨੂੰ ਮਿਲਿਆ ਹੈ। ਇਸ ਵੀਡੀਓ ਨੂੰ ਆਪਦੇ ਚਾਹੀਤਿਆਂ ਦੇ ਨਾਲ ਸ਼ੇਅਰ ਕਰੋ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਹੈ ਤਾਂ ਜ਼ਰੂਰ ਕਰ ਲਿਓ। ਇਸੇ ਤਰ੍ਹਾਂ ਬਣੇ ਰਹੋ ਤੇ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹੋ। ਸਿੱਖਿਆ ਲੈਂਦੇ ਰਹੋ। ਆਪਦੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਦੇ ਰਹੋ ਤੇ ਆਪਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਂਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਫਤਿਹ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ